ਨਹੀਂ ਲੋਕਡਾਊਨ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਾ ਠੰਡੇ ਪਾਣੀ ਨਾਲ ਨਹਾਉਣਾ ਭਾਜੀ ਸਾਡੇ ਤੇ ਨਿਆਣੇ ਗਰਮ ਪਾਣੀ ਹੋ ਜਾਣਾ ਤਾਂ ਸਕੂਲ ਹੀ ਨਹੀਂ ਜਾਣਾ ਹੁਣ ਚਲੋ ਪਿੰਡਾਂ ਬਣਨ ਵਾਲੇ ਬੜੇ ਚੇਂਜ ਹੋ ਗਿਆ ਤੇ ਏਦਾਂ ਹੁੰਦੇ ਆਪਣੇ ਪਿੰਡ ਆਪਾਂ ਨਾ ਉੱਪਰ ਟੋਇਲਟ ਬੈਠਾ ਤਾਂ ਉੱਪਰ ਪੜਦਾ ਲੱਗਾ ਹਨੇਰੀ ਆਈ ਨਹੀਂ ਉੱਪਰ ਉਹ ਵੀ ਨੀ ਹੁੰਦਾ ਰਿਹਾ ਭਾਜੀ ਉੱਪਰ ਪੜਦਾ ਵੀ ਨੀ ਏਦਾਂ ਹੀ ਦੱਸਣੀ ਆ ਮਿਲ ਕੇ ਆਏ ਆ।